कल ये फैसला किया पंजाब सरकार ने। सो एक तो 10 बजे तो लग के 5 बजे तक जिहड़ा म्यूनसिपल लिमिट के अंदर जिहड़ा है वो असी करफ्यू जिहड़ा वो सरकार ने जिहड़ा वो लाया उहदे नाल एक तो हर एक नूं मास्क पाउणा जरूरी कर दिता। दूजा जिहड़ी दूरी है 2 मीटर की दूरी जिहड़ी बना के रखनी वो भी जरूरी है। सो दे नाल नाल असी स्कूल ते कॉलेज जिहड़े ने वह भी बंद कर दिते ने 15 तरीक तक। सो मैं समझना कि जिहड़ा अज फैसला सरकार ने रात कल लिया सो इंप्लीमेंट करना जिहड़ा सरकार का ही काम आ सी इहनू ਚੰਗੀ ਤਰ੍ਹਾਂ ਇੰਪਲੀਮੈਂਟ ਕਰਾਂਗੇ। ਸੈਂਟਰ ਗੌਰਮੈਂਟ ਦੀ ਗਾਈਡਲਾਈਨ ਜਿਹੜੀਆਂ ਨੇ ਉਹ ਕਾਫੀ ਸਾਰੇ ਘੁਆਈਆਂ ਵੀ ਨੇ ਪਰ ਹਜੇ ਜਿਹੜੇ ਵੱਡੇ ਇਕੱਠ ਦੇ ਵੈਸੇ ਤੇ ਜਿਸ ਤਰ੍ਹਾਂ ਹੁਣ ਕੇਸ ਆਉਣੇ ਚਾਲੂ ਹੋ ਗਏ ਸੋ ਇਹਦੇ 'ਤੇ ਵੱਡੀਆਂ ਰੈਲੀਆਂ ਅਤੇ ਬੈਨ ਲੱਗਣਾ ਅਤੇ ਜੇ ਅਸੀਂ ਸਕੂਲ ਕਾਲਜ ਬੰਦ ਕਰ ਰਹੇ ਹਾਂ ਅਤੇ ਰੈਲੀਆਂ ਤਾਂ ਮੈਂ ਸਮਝਣਾ ਇਹਦੀ ਮਨਾਹੀ ਹੋਣੀ ਚਾਹੀਦੀ ਹੈ ਵੱਡੀਆਂ ਰੈਲੀਆਂ 'ਤੇ। ਪਰ ਜਿੰਨਾ ਚਿਰ ਸੈਂਟਰ ਗੌਰਮੈਂਟ ਦੀ ਇਹੋ ਜੀ ਕੋਈ ਗਾਈਡਲਾਈਨ ਆਉਂਦੀ ਨਹੀਂ ਉਨਾ ਚਿਰ ਅਜੇ ਕੋਈ ਇਹਦੇ 'ਤੇ ਫੈਸਲਾ ਹੋਇਆ ਨਹੀਂ। ਸੋ ਜਲਦੀ ਸਾਡੇ CM ਸਾਹਿਬ ਮੀਟਿੰਗ ਬੁਲਾ ਕੇ ਕਰੋਨਾ ਰਿਵਿਊ ਮੀਟਿੰਗ ਬੁਲਾ ਰਹੇ ਨੇ CM ਸਾਹਿਬ। ਸੋ ਉਹਦੇ 'ਚ ਪੰਜਾਬ ਸਰਕਾਰ ਵੱਲੋਂ ਜੋ ਵੀ ਡਾਇਰੈਕਸ਼ਨ ਆਏਗੀ ਤਾਂ ਮੈਂ ਸਮਝਣਾ ਅਜੇ ਕੋਈ ਇਹੋ ਜਿਹਾ ਰੈਲੀਆਂ 'ਤੇ ਬੈਨ ਲਾਇਆ ਨਹੀਂ। ਸਰਕਾਰ ਜਲਦੀ ਇਹਦੇ 'ਤੇ ਫੈਸਲਾ ਲੈ ਰਹੀ ਹੈ। ਵੈਕਸੀਨ ਜਿਹੜੀ ਆ ਉਹ ਲੱਗ ਰਹੀ ਹੈ ਬੜੀ ਸਪੀਡ ਨਾਲ ਲੱਗ ਰਹੀ ਹੈ। ਸੋ ਅਸੀਂ ਪੰਜਾਬ 'ਚ ਤਕਰੀਬਨ ਜਿਹੜੀ ਆ ਜਿਹੜੀ ਫਸਟ ਡੋਜ਼ ਆ ਉਹ ਅਸੀਂ 2,70,00,000 ਦੇ ਕਰੀਬ ਅਸੀਂ ਲਾ ਚੁੱਕੇ ਹਾਂ। ਸੋ ਜਿਹੜੀ ਸੈਕਿੰਡ ਡੋਜ਼ ਆ ਉਹ ਵੀ 94,00,000 ਦੇ ਕਰੀਬ ਜਿਹੜੀ ਆ ਉਹ ਲੱਗ ਚੁੱਕੀ ਆ। ਮੈਂ ਸਮਝਦਾ ਜਲਦੀ ਜਿਹੜਾ ਸਾਡਾ ਟਾਰਗੇਟ ਹੈ ਪੂਰਾ ਹੋ ਜਾਏਗਾ। ਸਾਰੇ ਪੰਜਾਬ 'ਚ ਪੰਜਾਬ ਦੇ ਰਹਿਣ ਵਾਲੇ ਹਰ ਇੱਕ ਨਾਗਰਿਕ ਨੂੰ ਇਹ ਜਿਹੜੀ ਆ ਵੈਕਸੀਨ ਦੀ ਡੋਜ਼ ਜਿਹੜੀ ਆ ਡਬਲ ਡੋਜ਼ ਜਿਹੜੀ ਆ ਦਿੱਤੀ ਜਾਏਗੀ ਜਲਦੀ। ਟੈਸਟ ਜਿਹੜੇ ਨੇ ਅਸੀਂ ਵਧਾ ਰਹੇ ਨੇ। ਥੋੜ੍ਹੀ ਮੁਸ਼ਕਲ ਸਾਨੂੰ ਆਈ ਹੈ ਸਾਡੇ ਮੁਲਾਜ਼ਮ ਜਿਹੜੇ ਸੀ ਉਹ ਸਟ੍ਰਾਈਕ 'ਤੇ ਸੀ ਥੋੜ੍ਹੀ ਉਹਦੇ ਕਰਕੇ ਸਾਡੇ ਟੈਸਟ ਜਿਹੜੇ ਨੇ ਘਟੇ ਸਨ ਪਰ ਅਸੀਂ ਅਭਿਆਸਾਂ ਕਰਤੀਆਂ। ਪਹਿਲੋਂ ਅਸੀਂ 2 ਦਿਨ ਪਹਿਲੋਂ ਵੀ ਮੀਟਿੰਗ ਬੁਲਾਈ ਆ ਅੱਜ ਵੀ ਅਸੀਂ ਮੈਂ VC ਦੇ ਸਾਰੇ ਸਿਵਲ ਸਰਜਨਾਂ ਨੂੰ ਲੈ ਰਿਹਾ। ਸੋ ਅੱਜ ਵੀ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਮੀਟਿੰਗ ਬੁਲਾਈ ਜਾ ਰਹੀ ਹੈ। ਸੋ ਟੈਸਟਿੰਗ ਜਿਹੜੀ ਆ ਉਹ ਬੜੀ ਸਪੀਡ ਨਾਲ ਅਸੀਂ ਵਧਾ ਰਹੇ ਹਾਂ। ਸੋ ਮੈਂ ਸਮਝਦਾ ਟੈਸਟਿੰਗ ਜਿਹੜੀ ਆ ਬਹੁਤ ਜ਼ਰੂਰੀ ਹੈ। ਜਿਹੜੇ ਸਾਡੇ ਕੋਲ ਬੈੱਡ ਨੇ ਉਹ ਤਕਰੀਬਨ 17,000 ਬੈੱਡ ਸਾਡੇ ਕੋਲ ਹੈਗੇ ਨੇ ਸਾਡੇ ਪੰਜਾਬ ਦੇ ਹੋਸਪਿਟਲਾਂ 'ਚ। ਸਾਨੂੰ ਬੈੱਡਾਂ ਨੂੰ ਕੋਈ ਮੁਸ਼ਕਲ ਨਹੀਂ ਪੂਰੀ ਤਿਆਰੀ ਹੈ ਸਰਕਾਰ ਦੀ। ਸੋ ਪਿਛਲੀ ਜਿਹੜੀ ਕੋਈ ਆਕਸੀਜਨ ਦੀ ਮੁਸ਼ਕਲ ਆਈ ਸੀ ਤੁਸੀਂ ਹੁਣੇ ਗੱਲ ਕੀਤੀ ਆਕਸੀਜਨ ਦੀ, ਹੁਣ ਸਾਡੇ ਆਪਣੇ ਪਲਾਂਟ ਜਿਹੜੇ ਨੇ ਸਾਡੇ ਹੋਸਪਿਟਲਾਂ 'ਚ ਤਕਰੀਬਨ 70% ਸਾਡੇ ਹੋਸਪਿਟਲਾਂ 'ਚ ਆਕਸੀਜਨ ਪਲਾਂਟ ਜਿਹੜੇ ਨੇ ਲੱਗ ਚੁੱਕੇ ਨੇ। ਹੁਣ ਅਸੀਂ ਆਪਣੀ ਆਕਸੀਜਨ ਜਿਹੜੀ ਆ ਉਹ ਪ੍ਰੋਡਿਊਸ ਕਰਾਂਗੇ। ਪਿਛਲੀ ਵਾਰੀ ਸ਼ੋਰਟੇਜ ਆਈ ਸੀ ਕਿਉਂਕਿ ਕੇਸ ਹੀ ਇੱਕਦਮ ਇੰਨੇ ਆ ਗਏ ਜਿੱਥੇ ਉਸ ਵੇਲੇ ਪੰਜਾਬ ਸਿਰਫ ਮੇਰੇ ਹਿਸਾਬ ਨਾਲ 30 ਦੇ ਕਰੀਬ ਜਿਹੜੀ ਸੀ ਮੀਟਿੰਗ ਟਨ ਜਿਹੜੀ ਸੀ ਉਹ ਗੈਸ ਪ੍ਰੋਡਿਊਸ ਕਰਦੇ ਸੀ ਉਸ ਵੇਲੇ ਸਟਾਰਟਿੰਗ 'ਤੇ। ਸੋ ਸਾਨੂੰ ਖੀਰ 'ਤੇ ਜਿਹੜੀ ਆ 320 ਟਨ ਦੀ ਲੋੜ ਪੈ ਗਈ ਪਰ ਸੈਂਟਰ ਸਰਕਾਰ ਦੀ ਹੈਲਪ ਨਾਲ ਕਿਉਂਕਿ ਸੈਂਟਰ ਵੱਲੋਂ ਸਾਡਾ ਕੋਟਾ ਫਿਕਸ ਹੋ ਗਿਆ ਸੀਗਾ। ਸੋ ਇਹਦੀ ਲੋੜ ਨਾਲ ਨਾਲ ਵੱਧਦੀ ਗਈ, ਇੱਕਦਮ ਸਾਨੂੰ ਇੰਨੀ ਜ਼ਰੂਰਤ ਨਹੀਂ ਸੀ ਪਈ। ਜਿਉਂ ਜਿਉਂ ਕੇਸ ਵੱਧਦੇ ਗਏ ਆਕਸੀਜਨ ਦੀ ਵੀ ਜ਼ਰੂਰਤ ਜਿਹੜੀ ਵੱਧਦੀ ਗਈ। ਸੋ ਲਾਸਟ ਸਾਨੂੰ
ਇੰਨੀ ਵੱਡੀ ਮਾਤਰਾ 'ਚ ਆਕਸੀਜਨ ਦੀ ਲੋੜ ਪਈ, 300 ਮੀਟਰ ਟਨ ਦੀ ਲੋੜ ਪਈ। ਸੋ ਸ਼ੋਰਟੇਜ ਤਾਂ ਰਹੀ ਪਰ ਮੁਸ਼ਕਲ ਨਹੀਂ ਆਈ, ਪਰਮਾਤਮਾ ਨੇ ਠੀਕ ਹੀ ਰੱਖਿਆ। ਉਸ ਵੇਲੇ ਸਾਨੂੰ ਪੰਜਾਬ ਨੂੰ ਨਾ ਤਾਂ ਕਿਸੇ ਬੈੱਡ ਦੀ ਮੁਸ਼ਕਲ ਆਈ ਕਿਸੇ ਹੋਸਪਿਟਲ 'ਚ, ਜਿੰਨੇ ਸਾਡੇ ਪੇਸ਼ੈਂਟ ਸੀ ਉਹ ਸਾਰੇ ਐਡਜਸਟ ਹੋਏ ਸਾਡੇ ਹੋਸਪਿਟਲ, ਚਾਹੇ ਸਾਡੇ ਮੈਡੀਕਲ ਕਾਲਜਾਂ ਦੇ ਹੋਸਪਿਟਲ ਸੀ, 3 ਸਾਡੇ ਵੱਡੇ ਸਾਡੇ ਸਿਵਲ ਹੋਸਪਿਟਲ ਸੀ। ਸੋ ਉਸ ਵੇਲੇ ਕੋਈ ਇਹੋ ਜਿਹੀ ਮੁਸ਼ਕਲ ਸਾਨੂੰ ਆਈ ਨਹੀਂ। ਬੇਸ਼ੱਕ ਉਸ ਵੇਲੇ ਇੱਡੀ ਵੱਡੀ ਗਿਣਤੀ ਦੇ ਸਾਡੇ ਕੋਲ ਪੇਸ਼ੈਂਟ ਆਏ ਸੀ, ਅਸੀਂ ਤਾਂ ਬਾਹਰਲੀਆਂ ਸਟੇਟਾਂ 'ਚੋਂ ਵੀ ਜਿਹੜੇ ਪੇਸ਼ੈਂਟ ਆਏ ਉਹਨਾਂ ਨੂੰ ਐਡਮਿਟ ਕੀਤਾ ਸੀ ਆਪਣੇ ਹੋਸਪਿਟਲ। ਬਿਲਕੁਲ ਬਿਲਕੁਲ ਤਿਆਰ ਕੀਤੀਆਂ ਗਈਆਂ ਜੀ, ਬੱਚਿਆਂ ਲਈ ਤਿਆਰ ਕੀਤੀਆਂ ਗਈਆਂ। ਬੱਚਿਆਂ ਦੀ ਹੁਣ ਤੁਹਾਨੂੰ ਜਿੱਥੋਂ ਤੱਕ ਵੈਕਸੀਨ ਦਾ ਸਵਾਲ ਹੈ, 15 ਤੋਂ 18 ਸਾਲ ਦੇ ਬੱਚਿਆਂ ਨੂੰ ਕੱਲ੍ਹ ਤੋਂ ਅਸੀਂ ਸਟਾਰਟ ਕਰਤੀ ਹੈ ਵੈਕਸੀਨ ਜੀ। ਸੋ ਕੱਲ੍ਹ ਕਾਫੀ ਗਿਣਤੀ 'ਚ ਅਸੀਂ ਬੱਚਿਆਂ ਨੂੰ ਜਿਹੜੇ 15 ਤੋਂ 18 ਸਾਲ ਵਾਲੇ ਨੇ ਉਹਨਾਂ ਨੂੰ ਵੈਕਸੀਨ ਜਿਹੜੀ ਹੈ ਕੱਲ੍ਹ ਦਿੱਤੀ ਹੈ। ਸੋ ਮੈਂ ਸਮਝਦਾ ਸਾਡੇ ਕੋਲ 15 ਤੋਂ 18 ਸਾਲ ਵਾਲੇ 14 ਲੱਖ ਜਿਹੜੇ ਨੇ ਬੱਚੇ ਨੇ। ਹੁਣ ਅਸੀਂ ਹੋਰ ਕਰ ਰਹੇ ਹਾਂ ਕਿ ਸਕੂਲਾਂ 'ਚ ਅਸੀਂ ਕੈਂਪ ਜਿਹੜੇ ਆ ਉਹ ਲਵਾ ਰਹੇ ਹਾਂ। ਸੋ ਸਕੂਲਾਂ 'ਚ ਜਾ ਕੇ ਸਕੂਲ ਤਾਂ ਬੰਦ ਹੋ ਗਏ ਪਰ ਫਿਰ ਵੀ ਅਸੀਂ ਸਾਡੇ ਜਿਹੜੇ ਆ ਟੀਮਾਂ ਨੇ ਜਿੱਥੇ ਜਿੱਥੇ ਲੋੜ ਹੋਵੇ ਉੱਥੇ ਜਾ ਕੇ ਕੈਂਪ ਲਾ ਕੇ ਵੈਕਸੀਨ ਜਿਹੜੀ ਲਾਉਣਗੇ। ਦੂਸਰੀ ਵੀ ਲੱਗ ਰਹੀ ਆ, ਇਹ ਬੱਚਿਆਂ ਦੀ 15 ਤੋਂ 18 ਸਾਲ ਵਾਲਿਆਂ ਨੂੰ ਵੀ ਲੱਗ ਰਹੀ। ਸਰ ਪੋਜ਼ਿਟਿਵਿਟੀ ਰੇਟ 4.5% ਦੇ ਆਸ ਪਾਸ ਪਹੁੰਚ ਗਿਆ, ਅਗਰ ਇਹ 5% ਹੋਤਾ ਕਿਆ ਸਰਕਾਰ ਲੋਕਡਾਊਨ ਦੀ ਤਰਫ ਸੋਚ ਰਹੀ ਹੈ? ਦੇਖੋ ਜੇ ਕੋਈ ਇਹੋ ਜਿਹੀ ਗੱਲ ਹੋਏਗੀ ਸਰਕਾਰ, ਕੱਲ੍ਹ ਹੀ ਅਸੀਂ ਫੈਸਲਾ ਲਿਆ ਸਰਕਾਰ ਨੇ, ਜਿਹੜਾ ਅਸੀਂ 10 ਤੋਂ 5 ਵਜੇ ਰਾਤ ਦੇ ਅਸੀਂ ਕਰਫਿਊ ਜਿਹੜਾ ਲਾ ਦਿੱਤਾ ਮਿਊਂਸਪਲ ਏਰੀਏ 'ਚ। ਸੋ ਉਹਦੇ ਨਾਲ ਅਸੀਂ ਹੋਟਲ ਰੈਸਟੋਰੈਂਟ ਇਹਨਾਂ 'ਚ ਵੀ 50% ਅਸੀਂ ਕਰਤਾ, ਜਿਹੜੀਆਂ ਏ ਸੀ ਬੱਸਾਂ ਉਹਨਾਂ 'ਚ ਵੀ 50% ਜਿਹੜੇ ਉਹ ਕਰਤਾ। ਸੋ ਮੈਂ ਸਮਝਦਾ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਲੋੜ ਪਏਗੀ ਸਰਕਾਰ ਉਹਦੇ 'ਤੇ ਫੈਸਲਾ ਲਏਗੀ। ਸਰ ਇੱਕ ਕਲੈਰਿਟੀ ਚਾਹੀਦੀ ਹੈ ਕਿ ਜਿਹੜਾ ਕਰਫਿਊ ਹੋਇਆ ਤੁਸੀਂ ਕਿ ਮਿਊਂਸੀਪਲ ਹੱਦ ਅਤੇ ਜਿਹੜੇ ਪਿੰਡ ਜਾਂ ਉਸ ਲਿਮਿਟ 'ਚ ਆ ਰਹੇ ਹੈ ਜਾਂ ਮਤਲਬ ਕੋਈ ਨਹੀਂ, ਉਹ ਉਸ ਲਿਮਿਟ 'ਚ ਨਹੀਂ ਆ ਰਹੇ, ਮਿਊਂਸੀਪਲ ਲਿਮਿਟ ਜਿਹੜੀ ਆ ਹਜੇ ਉਹਦੇ ਵਾਸਤੇ ਕੀਤਾ। ਵੇਖੋ ਪਟਿਆਲੇ 'ਚ ਜ਼ਿਆਦਾ ਆਏ ਨੇ ਕੇਸ ਸਾਡੇ ਕੋਲ, ਉਹਦੇ 'ਚ ਸਾਡੇ ਜਿਹੜੇ ਕਾਲਜ ਆ ਯੂਨੀਵਰਸਿਟੀ ਆ ਉਹਦੇ 'ਚ ਥਾਪਰ ਕਾਲਜ ਆ, ਕਾਫੀ ਕੇਸ ਜਿਹੜੇ ਨੇ ਉਹਦੇ 'ਚ ਆਏ ਨੇ। ਹਜੇ ਪਟਿਆਲੇ 'ਚ ਜ਼ਿਆਦਾ ਕੇਸ ਜਿਹੜੇ ਨੇ ਆਏ। ਥੈਂਕ ਯੂ, ਆ ਜਾਓ ਬਾਹਰੋਂ ਕਰ ਲਓ ਜੀ।